ਸਤਿਸੰਗਤ ਜੀ, ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਕੇ 66ਵੇਂ ਜਨਮ ਦਿਵਸ ਕੇ ਉਪਲਕਸ਼ ਮੇਂ ਪੂਰੇ ਵਿਸ਼ਵ ਮੇਂ ਸਫਾਈ ਅਭਿਆਨ ਚਲਾਇਆ ਗਿਆ ਹੈ। ਸਤਿਸੰਗਤ ਜੀ, ਪੂਰੇ ਵਿਸ਼ਵ ਮੇਂ 1200 ਹੋਸਪਿਟਲਸ ਕੀ ਅੱਜ ਸਫਾਈ ਹੋ ਰਹੀ ਹੈ। ਬਾਬਾ ਜੀ ਕਾ ਇਹ ਮਾਨਨਾ ਥਾ ਕਿ ਜੋ ਇਹ ਮਿਸ਼ਨ ਹੈ ਇਸਮੇਂ ਆਪਣੇ ਆਪ ਮੇਂ ਇਹ ਇੱਕ ਦੇਨ ਹੈ ਕਿ ਹਮ ਜੋ ਪ੍ਰਦੂਸ਼ਣ ਹੈ ਅੰਦਰ ਸੇ ਵੀ ਦੂਰ ਕਰੇ, ਸਿਰਫ ਬਾਹਰ ਸੇ ਨਹੀਂ। ਲੇਕਿਨ ਬਾਬਾ ਇਸੀ ਅਭਿਆਨ ਕੋ ਚਲਾਤੇ ਹੋਏ ਪੂਰੇ ਵਿਸ਼ਵ ਭਰ ਮੇਂ ਹੋਸਪਿਟਲਸ ਕੀ ਸਫਾਈ ਕੀ ਜਾ ਰਹੀ ਹੈ। ਸਾਰੇ ਗੁਰਸਿੱਖ ਯੇ ਹਰ ਵਰਸ਼ ਇਸੇ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਜੀ ਦੇ 66ਵੇਂ ਜਨਮ ਦਿਵਸ 'ਤੇ ਅੱਜ ਇਹ ਸਫਾਈ ਅਭਿਆਨ ਚਲਾਇਆ ਗਿਆ ਹੈ। ਔਰ ਕਿਉਂਕਿ ਸਤਿਗੁਰੂ ਬਾਬਾ ਜੀ ਦਾ ਮੰਨਣਾ ਸੀ ਕਿ ਜੋ ਪ੍ਰਦੂਸ਼ਣ ਹੈ ਉਹ ਅੰਦਰ ਦਾ ਵੀ ਅਤੇ ਬਾਹਰ ਦਾ ਦੋਨੋਂ ਹੀ ਸਾਫ਼ ਹੋਣੇ ਚਾਹੀਦੇ ਹਨ। ਜਨਮ ਦਿਨ ਅੱਜ ਮਨਾਇਆ ਜਾ ਰਿਹਾ ਹੈ ਔਰ ਇਹਨਾਂ ਦਾ ਜਨਮ ਦਿਨ ਅਸੀਂ ਸਫਾਈ ਅਭਿਆਨ ਚਲਾ ਕੇ ਮਨਾ ਰਹੇ ਹਾਂ। ਔਰ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦਾ ਇਹ ਸਤਸੰਗ ਆਦੇਸ਼ ਹੈ ਕਿ ਅਸੀਂ ਸਾਰੇ ਹੀ ਸ਼ਹਿਰਾਂ ਦੇ ਵਿੱਚ ਜੋ ਸਿਵਲ ਹੋਸਪਿਟਲਾਂ ਦੇ ਵਿੱਚ ਸਫਾਈ ਕਰਨੀ ਹੈ। ਲਗਭਗ ਪੂਰੇ ਹਿੰਦੁਸਤਾਨ ਦੇ ਵਿੱਚ 1200 ਦੇ ਕਰੀਬ ਹੋਸਪਿਟਲਾਂ ਦੀ ਸਫਾਈ ਕੀਤੀ ਜਾ ਰਹੀ ਹੈ। ਅਸੀਂ ਇੱਕ ਮੁਹਿੰਮ ਸਤਿਗੁਰੂ ਬਾਬਾ ਜੀ ਨੇ ਦਿੱਤੀ ਹੈ 2003 ਤੋਂ ਜੋ ਕਿ ਜਾਰੀ ਹੈ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਸਫਾਈ ਦੀ ਜੋ ਲਹਿਰ ਹੈ ਔਰ ਸਰਕਾਰ ਵੱਲੋਂ ਵੀ ਜੋ ਉਪਰਾਲੇ ਹੋ ਰਹੇ ਨੇ ਉਦੋਂ ਬਾਅਦ ਹੋਏ ਹਨ। ਔਰ ਇਹ ਜੋ ਮੁਹਿੰਮ ਹੈ ਇਹਦਾ ਵਿਸ਼ਾਲ ਰੂਪ ਜੋ ਹਰ ਪੂਰੇ ਭਾਰਤ ਵਿੱਚ ਦੇਖਣ ਨੂੰ ਮਿਲ ਰਿਹਾ। ਬਾਬਾ ਜੀ ਦੇ ਇਹੀ ਆਦੇਸ਼ ਹੈ ਕਿ ਜੋ ਪ੍ਰਦੂਸ਼ਣ ਹੈ ਉਹ ਅੰਦਰਲਾ ਪ੍ਰਦੂਸ਼ਣ ਜਿਵੇਂ ਕਿ ਵੈਰ ਈਰਸ਼ਾ ਉਤਨਾ ਹੀ ਖਤਰਨਾਕ ਹੈ ਜਿਤਨਾ ਕਿ ਬਾਹਰਲਾ ਪ੍ਰਦੂਸ਼ਣ ਔਰ ਮਿਸ਼ਨ।